ਮਤਲਬ ਯਾਰ ਤੁਸੀਂ ਜਿੰਨੀਆਂ ਵੀਡੀਓ ਪਾਈ ਇੱਕ ਤਾਂ ਇੱਕ ਨਾ ਆਪ ਹਸਮਾਈ ਆ ਨਾ ਜਿਵੇਂ ਟੈਕ ਚਲਾ ਲਿਆ ਜੀ ਹਾਂਜੀ ਮੇਰਾ ਸਾਰਾ ਲਾਈਫ ਐਕਸਪੀਰੀਅੰਸ ਆ ਜੋ ਵੀ ਵੀਡੀਓ ਮੈਂ ਪਾਉਣਾ ਮੈਂ ਫਿਊਚਰ ਦੇ ਆਧਾਰ 'ਤੇ ਨਹੀਂ ਪਾਉਂਦਾ ਮੈਂ ਪਾਸਟ ਦੇ ਆਧਾਰ 'ਤੇ ਪਾਉਂਦਾ ਸਾਰੀਆਂ ਜੋ ਮੈਂ ਕਰ ਚੁੱਕਿਆ ਅਤੇ ਕਰ ਰਿਹਾ ਪ੍ਰੈਜੈਂਟ ਅਤੇ ਪਾਸਟ ਆ ਇਨ ਫਿਊਚਰ ਮੈਂ ਕੋਈ ਵੀਡੀਓ ਨਹੀਂ ਪਾਉਂਦਾ ਮੈਂ ਪੀ ਆਰ ਹੋ ਜਾਣੀ ਹੈ ਜਾਂ ਮੈਂ ਇੱਦਾਂ ਹੋ ਜਾਣਾ ਮੇਰਾ ਚੈਨਲ ਸਾਰਾ ਉਸ 'ਤੇ ਬੇਸਡ ਤਾਂ ਕਰਕੇ ਲੋਕਾਂ ਨੇ ਪਿਆਰ ਵੀ ਬੜਾ ਦਿੱਤਾ ਕਿਉਂਕਿ ਮੈਂ ਆਪਦੇ ਆਪ ਕੀਤਾ ਪਹਿਲਾਂ ਸਾਰਾ ਕੁਝ ਜੇ ਮੈਂ ਮੋਟਰਸਾਈਕਲ ਲਾਈਸੈਂਸ ਲਿਆ ਪਹਿਲਾਂ ਆਪ ਲਿਆ ਫਿਰ ਵੀਡੀਓ ਪਾਈ ਹੈ ਜੇ ਮੈਂ ਟਰੈਕਿੰਗ 'ਚ ਪਹਿਲਾਂ ਸਾਰਾ ਕੁਝ ਕੀਤਾ ਫਿਰ ਪਾਈ ਹੈ ਵੀਡੀਓ ਮੇਰੇ ਖਿਆਲ 'ਚ ਜਿੰਨੀਆਂ ਵੀ ਵੀਡੀਓ ਪਾਈਆਂ 200 ਵੀਡੀਓ ਦੇ ਵਿੱਚ ਇੱਕ ਅੱਧੀ ਵੀਡੀਓ ਹੋ ਜਾ ਰਹੀ ਫਿਊਚਰ 'ਤੇ ਮਾੜੀ ਮੋਟੀ ਹੋਈ ਜਿੱਦਾਂ ਹੁਣ ਪੀ ਆਰ ਹੋਇਆ ਨਹੀਂ ਮੈਂ ਪੀ ਆਰ ਦੇ ਰਿਲੇਟਡ ਕੋਈ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਚਾਹੁੰਦਾ ਵੀ ਬਹੁਤ ਜਾਂ ਐਕਸਪੀਰੀਅੰਸ ਕਰ ਲੈਂਦਾ ਬੰਦਾ ਉਹ ਚੀਜ਼ਾਂ ਸਾਰੀ ਦੱਸੂ ਫਿਰ ਮੈਂ ਇਹ ਮੈਨੂੰ ਲੱਗਦਾ ਫਿਰ ਇਹੀ ਇੱਕ ਵਜ੍ਹਾ ਵਾ ਤਾਂ ਹੀ ਤੁਹਾਨੂੰ ਦੇਖਣ ਵਾਲਿਆਂ ਰਿਲੇਟ ਕਰ ਸਕਦੇ ਆ ਬਿਲਕੁਲ ਉਹਨਾਂ ਨੂੰ ਪਤਾ ਵੀ ਬਾਈ ਨੂੰ ਪਤਾ ਵੀ ਉਹ ਕੀ ਗੱਲਾਂ ਕਰ ਰਿਹਾ ਬਿਲਕੁਲ ਵੀਰੇ ਸਾਰਿਆਂ ਨੂੰ ਮੈਂ ਜਿਹੜੇ ਦੇਖ ਰਿਹਾ ਮੈਨੂੰ ਸ਼ਾਇਦ ਪਿਆਰ ਮਿਲਣ ਦੀ ਇਹ ਵੀ ਇੱਕ ਮੇਨ ਵਜ੍ਹਾ ਵੀ ਮੈਂ ਵਧੀਆ ਮੈਨੂੰ ਸਾਰੇ ਕਹਿੰਦੇ ਤੁਸੀਂ ਵਧੀਆ ਸਮਝਾਉਂਦੇ ਹੋ ਉਹ ਮੈਂ ਤਾਂ ਸਮਝਾਉਂ ਪਾਉਣਾ ਵੀ ਕਿਉਂਕਿ ਮੈਨੂੰ ਉਹ ਸਾਰਾ ਕੁਝ ਮੈਂ ਕਰ ਲਿਆ ਆਪਦੇ ਹੱਥੀਂ ਕੀਤਾ ਤਾਂ ਕਰਕੇ ਮੈਂ ਵਧੀਆ ਐਕਸਪਲੇਨ ਕਰ ਲੈਣਾ ਕਈ ਲੋਕ ਮੈਨੂੰ ਕਹਿੰਦੇ ਵੀ ਤੁਸੀਂ ਜਕੋਨ ਪ੍ਰੋਗਰਾਮ 'ਤੇ ਵੀਡੀਓ ਪਾਓ ਤੁਸੀਂ ਪਾਇਲਟ ਪ੍ਰੋਗਰਾਮ 'ਤੇ ਵੀਡੀਓ ਪਾਓ ਆ ਨਵੇਂ ਡਰਾਈਵਰ ਜਿਹੜੀ ਚੀਜ਼ ਤਾਂ ਮੈਨੂੰ ਨਹੀਂ ਪਤਾ ਮੈਂ ਪਾ ਨਹੀਂ ਸਕਦਾ ਮੈਂ ਇਨਫੋਰਮੇਸ਼ਨ ਉਹ ਇਕੱਠੀ ਕਰਕੇ ਪਾ ਸਕਦਾ ਇੰਟਰਨੈਟ ਤੋਂ ਪਰ ਉਹ ਗੱਲ ਨਹੀਂ ਬਣਨੀ ਸੋ ਇਸੇ ਕਰਕੇ ਲੋਕ ਮੈਨੂੰ ਦੇਖ ਲੈਂਦੇ ਆ ਹੋਰ ਮੈਨੂੰ ਨਹੀਂ ਲੱਗਦਾ ਕੋਈ ਬੜੀ ਵੱਡੀ ਗੱਲ ਹੋਣੀ